ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਤੇ ਕੀ ਹਾਲ ਚਾਲ ਹੈ? ਅੱਲਾ ਪਾਕ ਦਾ ਲੱਖ ਲੱਖ ਕਰੋੜ ਦਾ ਆਪਾਂ ਸ਼ੁਕਰ ਅਦਾ ਕਰਦੇ ਹਾਂ। ਅਸੀਂ ਸਭ ਵਧੀਆ ਵਾ, ਉਮੀਦ ਕਰਦੇ ਕਿ ਤੁਸੀਂ ਵੀ ਵਧੀਆ ਹੀ ਹੋਵੋਗੇ। ਅੱਜ ਬਈ ਅਸੀਂ ਬਣਾਉਣ ਲੱਗੇ ਸੀ ਚਿਕਨ ਕੌਰਮਾ। ਸਾਡਾ ਮੈਂ ਨਾ ਪਿਆਜ਼ ਬਰਾਉਨ ਕੀਤਾ, ਵਿੱਚ ਟਮਾਟਰ ਪਾ ਲਿਆ। ਮੈਂ 2 ਟਮਾਟਰ ਪਾਏ ਆ, ਅੱਧੀ ਚਮਚ ਲਾਲ ਮਿਰਚ ਦੀ ਪਾਤੀ, ਅੱਧੀ ਚਮਚ ਕਾਲੀ ਮਿਰਚ ਦੀ ਪਾਤੀ, ਨਮਕ ਪਾਤਾ ਹਸਬੇ ਜਾਕਾ, ਤੇ ਅੱਧੀ ਚਮਚ ਹਲਦੀ ਦੀ ਪਾ ਦਿੱਤੀ ਆ, ਤੇ ਅਦਰਕ ਪਾ ਦਿੱਤਾ। ਆਹ ਦੇਖੋ, ਆਹ ਬਣਨ ਦਿਆ ਆਪਣਾ ਤੜਕਾ ਭੁੱਜਣ ਦਿਆ ਵਾ। ਦੇਖੋ ਜੀ, ਆਹ ਵੇਖੋ ਤੜਕਾ ਆਪਣਾ ਭੁੱਜਣ ਦਿਆ, ਕਿਉਂਕਿ ਜਦੋਂ ਮੈਂ ਨਾ ਮਸਾਲਾ ਪਾਉਣ ਲੱਗੀ ਕੈਮਰਾ ਹੋ ਗਿਆ ਸੀ ਸਾਡਾ ਬੰਦ। ਸਾਨੂੰ ਪਤਾ ਹੀ ਨਹੀਂ ਚੱਲਿਆ ਸਾਡਾ ਨਾ ਕੈਮਰਾ ਬੰਦ ਹੋ ਗਿਆ। ਮੈਨੂੰ ਮੈਂ ਸਾਰਾ ਕੁਝ ਵਿੱਚ ਪਾਤਾ, ਬਾਅਦ ਚੋਂ ਪਤਾ ਚੱਲਿਆ ਕਿ ਕੈਮਰਾ ਤਾਂ ਚਲਾਇਆ ਹੀ ਨਹੀਂ ਸੀ। ਵੇਖੋ ਫੂਟੀ ਕਿਸਮਤ, ਕੈਮਰਾ ਹੀ ਨਹੀਂ ਚਲਾਇਆ ਤੇ ਮੈਂ ਲੇਕਿਨ ਵਿੱਚ ਪਾਤਾ ਸੀ ਸਾਰਾ ਕੁਝ। ਇਹ ਹੋ ਗਈ ਹੋਣਾ ਸਾਡੇ ਕੋਲ ਮਿਸਟੇਕ, ਤੇ ਲੇਕਿਨ ਕੁਝ ਨਹੀਂ ਹੁੰਦਾ। ਮੈਂ ਤੁਹਾਨੂੰ ਉਦਾਂ ਦੱਸ ਦਿੱਤਾ ਵਾ ਕਿ ਆਪਾਂ ਇਹਦੇ ਵਿੱਚ ਆ ਆ ਕੁਝ ਪਾਇਆ ਵਾ। ਆਹ ਵੇਖੋ ਸਾਡਾ ਮਸਾਲਾ ਬਣਨ ਡਿਆ, ਤੇ ਆਪਾਂ ਇਹਦੇ ਵਿੱਚ ਆਹ ਦੇਖੋ ਆਪਾਂ 1 ਕਿਲੋ ਮੰਗਾਇਆ ਵਾ ਚਿਕਨ। ਅੱਜ ਸਾਡੇ ਆਉਣੇ ਆ ਮਾਮੂ ਜੀ ਮੰਡੀਓ ਬਾਲ ਦੀ ਨੂੰ, ਤੇ ਇਸ ਲਈ ਆਪਾਂ 1 ਕਿਲੋ ਚਿਕਨ ਮੰਗਾਇਆ ਉਹਨਾਂ ਵਾਸਤੇ। ਉਦਾਂ ਤੇ ਅਸੀਂ 1/2 ਕਿਲੋ ਪਕਾਉਂਦੇ ਆ, ਤੇ ਅੱਜ ਅਸੀਂ 1 ਕਿਲੋ ਮੰਗਾਇਆ ਵਾ। ਤੇ ਹੁਣ ਇਹਨੂੰ ਪਾਈਏ ਆਪਾਂ ਇਹਦੇ ਵਿੱਚ, ਇਹਨੂੰ ਵੀ ਭੁੰਨੀਏ। ਸੋਹਣਾ, ਮੈਂ ਗੋਸ਼ਤ ਵਾਲੇ ਨੂੰ ਕਿਹਾ ਸੋਹਣਾ ਮੁਰਗਾ ਦੇਈ, ਸਾਡੇ ਘਰ ਆਏ ਆ ਪ੍ਰਾਹੁਣੇ, ਸਾਡੇ ਘਰ ਆਏ ਆ ਸਾਡੇ ਮਾਮੂ ਜੀ। ਤੁਹਾਨੂੰ ਪਤਾ ਵੱਡੇ ਆਣ ਤੇ ਚਾਅ ਕਿੰਨਾ ਚੜ੍ਹਦਾ ਵਾ, ਤੇ ਇਸ ਲਈ ਸਾਨੂੰ ਅੱਜ ਬੜਾ ਹੀ ਚਾਅ ਚੜਿਆ। ਤੇ ਆਹ ਵਾ ਆਪਣੇ ਕੋਲ ਦਹੀਂ 1 ਕੋਲੀ, ਤੇ ਆਹ ਆਪਾਂ ਪਾ ਲਈਏ ਇਹਦੇ ਵਿੱਚ ਦਹੀਂ, ਆਹ 1 ਕੋਲੀ ਦਹੀਂ। ਥੋੜਾ ਜਿਹਾ ਚੁੱਲਾ ਕਰੀਏ ਹਲਕਾ, ਤੇ ਇਹਨੂੰ ਆਪਾਂ ਭੁੰਨੀਏ। ਅੱਜ ਭਲਾ ਕੀ ਹੋਇਆ, ਸੁਭਾਨ ਗਲੀ ਦੇ ਵਿੱਚ ਲੜ ਕੇ ਆਏ ਕਿਸੇ ਮੁੰਡੇ ਨਾਲ, ਲੜ ਕੇ ਆ ਗਿਆ ਅੰਦਰ, ਤੇ ਮੈਂ ਜਦੋਂ ਬਾਹਰ ਨੂੰ ਚੱਲੀ ਆ ਉਹ ਮੁੰਡੇ ਨੇ ਮੇਰੇ ਇੱਥੇ ਵੱਟਾ ਮਾਰਿਆ। ਹਾਏ ਅੱਲਾ, ਮੁੰਡੇ ਨੇ ਐਡਾ ਵੱਡਾ ਮੇਰੇ ਇੱਥੇ ਵੱਟਾ ਮਾਰਿਆ, ਤੇ ਇੱਥੇ ਮੇਰੇ ਐਡੀ ਜ਼ੋਰ ਕੇ ਵੱਜਿਆ, ਮੈਨੂੰ ਇੰਝ ਲੱਗਾ ਜਿੱਦਾਂ ਪਤਾ ਨਹੀਂ ਕੀ ਹੋ ਗਿਆ, ਮੈਨੂੰ ਅਚਾਨਕ ਚੱਕਰ ਆਇਆ। ਹੋਏ ਹੋਏ ਹੋਏ, ਮੈਂ ਕਦੀ ਇੰਨਾ ਨਹੀਂ ਰੋਈ ਜਿੰਨਾ ਮੈਂ ਅੱਜ ਰੋਈ ਆ। ਇੰਨਾ ਮੈਨੂੰ ਜ਼ੋਰ ਕੇ ਉਹਨੇ ਵੱਟਾ ਮਾਰਿਆ, ਤੇ ਮੈਨੂੰ ਮੇਰੇ ਅੰਮੀ ਅੱਬੂ ਇੰਨੇ ਯਾਦ ਆਉਣ ਲੱਗ ਗਏ, ਤੇ ਕੋਈ ਹਿਸਾਬ ਨਹੀਂ। ਸੁਭਾਨ, ਲੜਾਈਆਂ ਇਹ ਕਰਕੇ ਆਉਂਦੇ ਆ। ਆ ਥੋੜਾ ਜਿੰਨਾ ਸੁੱਕਾ ਧਨੀਆ ਵੀ ਆਪਾਂ ਕੁੱਟ ਲਈਏ, ਪੀਸਿਆ ਹੋਇਆ ਕਿਹਾ ਸੀ ਲੈ ਕੇ ਆ ਤੇ ਸਾਬਤ ਹੀ ਚੁੱਕ ਲਿਆ, ਲੇਕਿਨ ਇਹਨੂੰ ਵੀ ਥੋੜਾ ਜਿੰਨਾ ਕੁੱਟ ਲਈਏ। ਜਦੋਂ ਕੁਆਰੇ ਹੁੰਦੇ, ਮਾਮੂ ਮਾਮੇ ਚਾਚੀਆਂ ਚਾਚੇ ਹੁੰਦੇ ਆ, ਜਦੋਂ ਬੰਦਾ ਵਿਆਹਿਆ ਜਾਵੇ ਕੋਈ ਕਿਸੇ ਦੇ ਜਾਂਦਾ ਨਹੀਂ, ਤੇ ਅੱਜ ਸੁਭਾਨ ਅੱਜ ਮੇਰੇ ਮਾਮੂ ਜੀ ਆ ਰਹੇ ਆ, ਤੇ ਮੈਨੂੰ ਚਾਅ ਹੀ ਬੜਾ ਚੜਿਆ ਕਿ ਚਲੋ ਆਪਣੀਆਂ ਭਾਂਜੀਆਂ ਨੂੰ ਯਾਦ ਤਾਂ ਕਰ ਲੈਂਦੇ। ਨਹੀਂ ਤੇ ਕਹਿੰਦੇ ਮਾਂ ਪਿਓ ਮਰ ਜਾਂਦੇ ਆ ਤੇ ਪੇਕੇ ਮੁੱਕ ਜਾਂਦੇ ਆ, ਉਹ ਤੇ ਫਿਰ ਵੀ ਮਾਂ ਦੇ ਭਰਾ ਹੁੰਦੇ ਆ, ਆਪਣੇ ਭਰਾ ਭੁੱਲ ਜਾਂਦੇ ਆ, ਤੇ ਉਹ ਤਾਂ ਮਾਂ ਦੇ ਭਰਾ ਹੁੰਦੇ ਆ, ਉਹ ਕਿੱਥੋਂ ਯਾਦ ਕਰਦੇ ਆ। ਲੇਕਿਨ ਉਹ ਸਾਡੇ ਨਾਲ ਬਹੁਤ ਪਿਆਰ ਕਰਦੇ ਆ, ਅਸੀਂ ਖੁਦ ਉਹਨਾਂ ਨਾਲ ਬਹੁਤ ਪਿਆਰ ਮੁਹੱਬਤ ਕਰਦੇ ਆ। ਉਹ ਸਕੂਲ ਟੀਚਰ ਵੀ ਅਲਹਮਦੁਲਿਲਾ, ਤੇ ਮਾਸ਼ਾਅੱਲਾ ਉਹਦਾ ਵੀ ਉਹਨਾਂ ਦਾ ਸਕੂਲ ਆ, ਮਦਰਸੇ ਮਸਜਿਦ ਆ, 5 ਵਕਤ ਦੀ ਨਮਾਜ਼ ਪੜ੍ਹਾਉਂਦੇ ਆ ਮਸਜਿਦ ਦੇ ਵਿੱਚ। ਅਲਹਮਦੁਲਿਲਾ, ਅੱਲਾਹ ਤਾਲਾ ਨੇ ਉਹਨਾਂ ਨੂੰ ਇੰਨੀ ਤੋਫੀਕ ਦਿੱਤੀ। ਆਹ ਦੇਖੋ ਸਾਡਾ ਗੋਸ਼ਤ ਭੁੱਜਣ ਡਿਆ ਵਾ, ਮਾਸ਼ਾਅੱਲਾ। ਆਪਾਂ ਦਹੀਂ ਚ ਭੁੰਨਣ ਦੇ ਆ ਨਾ, ਦਹੀਂ ਪਾਤਾ ਨਾ ਕੋਲੀ ਭਰ ਕੇ ਭੁੱਜ ਜਵੇ। ਇੱਧਰ ਆਪਣਾ ਧਨੀਆ ਇੱਧਰ ਲੈ ਕੇ ਆ, ਮੈਂ ਕਿਹਾ ਜਾ ਜਵੇ ਤੇਰਾ ਪਿਓ ਕਿੰਨੇ ਮਾਰਿਆ ਵਾ। ਆ ਵੀ ਤੋੜਤੀ ਆ, ਆ ਧਨੀਆ ਸੁੱਕਾ ਆਪਾਂ ਕੁੱਟ ਲਿਆ ਵਾ, ਇਹ ਵੀ ਵਿੱਚ ਪਾ ਦਈਏ। ਆਪਾਂ ਸੁੱਕਾ ਧਨੀਆ ਪਾਤਾ, ਸੁੱਕੇ ਧਨੀਏ ਦੀ ਲਹਿਦਾ ਹੀ ਖੁਸ਼ਬੂ ਆਉਂਦੀ ਆ, ਤੇ ਮਾਸ਼ਾਅੱਲਾ ਆ ਦੇਖੋ ਆਪਣਾ ਚਿਕਨ ਭੁੱਜਣ ਡਿਆ ਵਾ। ਬਾਰਿਸ਼ਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਤੁਹਾਡੇ ਇਲਾਕਿਆਂ 'ਚ ਵੀ, ਬਾਰਿਸ਼ਾਂ ਹੁੰਦੀਆਂ ਜ਼ਰਾ ਕਮੈਂਟ ਕਰਕੇ ਤਾਂ ਦੱਸੋ। ਸਾਡੇ ਤਾਂ ਡੇਲੀ ਬਾਰਿਸ਼ ਪੈਂਦੀ ਆ, ਮਜ਼ੇਦਾਰ ਬਾਰਿਸ਼ ਹੁੰਦੀ ਆ, ਤੇ ਇਸ ਲਈ ਚੁੱਲ੍ਹੇ ਦੇ ਕੋਲ ਵੀ ਬਹਿ ਜਾਈਦਾ। ਮੌਸਮ ਬੜਾ ਹੀ ਖੁਸ਼ਗਵਾਰ ਆ, ਕਿਉਂਕਿ ਭਾਦੋ ਦਾ ਪੱਖ ਲੱਗਿਆ ਹੁਣ। ਹੁਣ ਆਪਣਾ ਨਾ ਜ਼ਰਾ ਚਿਕਨ ਮਸਾਲਾ ਘਿਓ ਛੱਡ ਦੂਗਾ, ਫਿਰ ਆਪਾਂ ਨਾ ਹਲਕਾ ਜਿਹਾ ਨੂੰ ਲਾਵਾਂਗੇ ਪਾਣੀ।
ਜ਼ਿਆਦਾ ਨਹੀਂ ਆਪਾਂ ਪਤਲਾ ਸ਼ੋਰਬਾ ਰੱਖਣਾ, ਬਸ ਹਲਕਾ ਜਿਹਾ ਮਸਾਲੇ ਵਾਲਾ ਹੀ ਬਣਾਉਣਾ। ਆਪਣਾ ਚਿਕਨ ਭੁੱਜ ਗਿਆ ਵਾ, ਤੇ ਹੁਣ ਆਪਾਂ ਨਾ ਪਾ ਲਈਏ 1 ਗਲਾਸ ਪਾਣੀ। ਹੁਣ ਇਹਨੂੰ ਕਰ ਦਈਏ ਆਪਾਂ ਕਵਰ, ਤੇ ਹੁਣ ਜਦੋਂ ਪ੍ਰਾਹੁਣੇ ਆਣਗੇ ਨਾ ਫਿਰ ਤੁਹਾਨੂੰ ਦਿਖਾਵਾਂਗੇ। ਮਹਿਮਾਨ ਸਾਡੇ ਆ ਚੁੱਕੇ ਨੇ ਤੇ ਖਾਣਾ ਵਾਣਾ ਉਹਨਾਂ ਨੂੰ ਦੇ ਦਿੱਤਾ ਵਾ, ਤੇ ਅਸੀਂ ਸਾਡਾ ਅੱਜ ਦਾ ਵਲੋਗ, ਉਮੀਦ ਕਰਦੇ ਤੁਹਾਨੂੰ ਅੱਛਾ ਲੱਗਿਆ। ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼।